जादू टोने के चक्कर दे विच एक शख्स दे वल्लों अपने गुआंढी दी कार नू अग लगाई गई। दरअसल ये शख्स कंध दे नाल खड़ी कार दे कोल जादू टोना करदा सी तां अचानक कार नू अग लग पई। अग दे भांबड़ देख आंढ गुआंढ दे लोक इकट्ठे होए जिन्हां गड्डी दे मालक नू उठाया फिर सीसीटीवी कैमरे चैक किते तां इस गल दा खुलासा होया। एक टोने दे कारण लखां दी गड्डी सड़ के सवाह हो गई। मामला अंबोहर दे शहीद भगत सिंह नगर तो सामने आया। फिलहाल टोना करने वाले गुआंढी नू पुलिस ने हिरासत विच लै लिया। अंध विश्वास दे विच फसे इस शख्स नू हुण जेल यात्रा करनी पएगी। मामला पुलिस दे कोल पहुंच गया। पुलिस दे वल्लों इस मामले की हर पक्षों जांच पड़ताल जारी है। तो दस दिए कि एक शख्स दे वल्लों कार दे थले टोना किया जा रहा सी उस वेले कार नू भयानक अग लगी जिस दे नाल लखां दा नुकसान हो गया। ਸਾਡਾ ਮਕਾਨ ਹੈ ਜੀ ਸਾਹਮਣੇ ਅਤੇ ਅਸੀਂ ਤਾਂ ਜਦੋਂ ਦੇਖਿਆ ਜੀ ਬਲਾਸਟ ਹੋਇਆ ਜੀ ਗੱਡੀ ਦੇ ਵਿੱਚ ਕਾਫੀ ਮਤਲਬ ਤਕੜਾ ਅਤੇ ਅਸੀਂ ਭੱਜ ਕੇ ਬਾਹਰ ਆਏ ਹਾਂ ਅਤੇ ਮੈਂ ਉਹ ਦੇਖਿਆ ਆ ਕੇ ਅਤੇ ਅੱਗ ਲੱਗੀ ਜੀ ਕਾਰ ਨੂੰ ਫਿਰ ਮੈਂ ਵਾਜਾ ਮਾਰੀਆਂ ਅਤੇ ਮੁੜ ਕੇ ਅਸੀਂ ਸਾਰੇ ਆਂਢੀ ਗੁਆਂਢੀ ਉੱਠ ਕੇ ਜਿੰਨੇ ਵੀ ਬੰਦੇ ਸੀ ਸਾਰਿਆਂ ਨੇ ਅੱਗ ਬੁਝਾਈ ਹੈ ਜੀ ਅਤੇ ਫਿਰ ਮੁੜ ਕੇ ਸਵੇਰੇ ਜਦੋਂ ਵੇਖੇ ਜੀ ਸੀਸੀਟੀਵੀ ਕਹਿੰਦਾ ਵੇਖੇ ਵੀ ਇਹ ਪਹਿਲਾਂ ਤਾਂ ਸਾਡੇ ਜਿਹੜੀ ਚੀਜ਼ ਜਚਦੇ ਨਹੀਂ ਸੀ ਫਿਰ ਜਦੋਂ ਜਾ ਕੇ ਅਤੇ ਵੇਖਿਆ ਫਿਰ ਇਹ ਇੱਕ ਵਾਰ ਅੰਦਰ ਗਿਆ ਫਿਰ ਕੋਈ ਇਹਦੀ ਚੀਜ਼ ਅੱਗੇ ਨਾ ਰਹਿ ਗਈ ਆ ਫਿਰ ਇਹ ਦੁਬਾਰਾ ਜਦੋਂ ਉਹਨੂੰ ਚੁੱਕੇ ਅਤੇ ਵੜਿਆ ਅੰਦਰ ਫਿਰ ਅਸੀਂ ਸਾਰੇ ਪਾਸੇ ਦੇ ਫਿਰ ਇੱਕ ਵਾਰ ਵੇਖੇ ਵੀ ਐਵੇਂ ਕਿਸੇ ਦਾ ਨਜਾਇਜ਼ ਨਹੀਂ ਐਵੇਂ ਕਹਿਣਾ ਚਾਹੀਦਾ। ਇਹ ਸਰ ਤਕਰੀਬਨ ਕੋਈ ਇੱਕ 10 ਤੇ ਅੰਕਲ ਜੀ ਨੇ ਸਾਨੂੰ ਦੱਸਿਆ ਵੀ ਤੁਹਾਡੀ ਕਾਰ ਨੂੰ ਅੱਗ ਲੱਗੀ ਹੋਈ ਹੈ ਅਤੇ ਅਸੀਂ ਬਾਹਰ ਆਏ ਅਤੇ ਬਾਤਾਂ ਬਹੁਤ ਸੀਗੀਆਂ ਉੱਪਰ ਅਤੇ ਰਾਤ ਅਸੀਂ ਇੱਥੋਂ ਆਂਢ ਗੁਆਂਢ ਦੇ ਆਸ ਪੜੋਸ ਦੀ ਮਦਦ ਨਾਲ ਅਸੀਂ ਅੱਗ 'ਤੇ ਕਾਬੂ ਪਾ ਲਿਆ ਜੀ ਅਤੇ ਸਵੇਰੇ ਅਸੀਂ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਇਹ ਸ਼ਖਸ ਅੰਦਰੋਂ ਰਿਮਕੀ ਨਾਂ ਦਾ ਸ਼ਖਸ ਇਹ ਬਾਹਰ ਆਇਆ ਜੀ ਸੀਸੀਟੀਵੀ ਦੇ ਵਿੱਚ ਆ ਰਿਹਾ ਆ ਕੇ ਇਹਨੇ ਅੱਗ ਲਾ ਕੇ ਪਹਿਲਾਂ ਅੰਦਰ ਭੱਜਿਆ ਜੀ ਫਿਰ ਬਾਅਦ 'ਚ ਫਿਰ ਕੋਈ ਚੀਜ਼ ਇਹਦੀ ਬਾਹਰ ਰਹਿ ਗਈ ਫਿਰ ਅੰਦਰ ਚੱਕ ਕੇ ਫਿਰ ਕਿਨਾ ਅੰਦਰ ਭੱਜਿਆ ਜੀ ਸਾਨੂੰ ਸ਼ੱਕ ਹੋ ਗਿਆ ਜੀ ਫਿਰ ਅਸੀਂ ਇੱਧਰ ਇਸ ਗਲੀ ਦੇ ਵਿੱਚ ਵੀ ਅਸੀਂ ਸਾਰੇ ਚੈੱਕ ਕਰਵਾਏ ਕੈਮਰੇ ਉੱਧਰ ਕੋਈ ਨਹੀਂ ਗਿਆ ਜੀ ਫਿਰ ਅਸੀਂ PCR ਨੂੰ ਫੋਨ ਕੀਤਾ ਜੀ ਅਤੇ ਉਹ ਆਏ ਉਹਨਾਂ ਨੇ ਆ ਕੇ ਇਹਨੂੰ ਜਦੋਂ ਲਿਆ ਅਰੈਸਟ ਕੀਤਾ ਅਤੇ ਇਹ ਨਾਲੋਂ ਨਾਲ ਮੰਨ ਗਿਆ ਜੀ ਕਹਿੰਦਾ ਮੈਂ ਟੂਣਾ ਕਰਦਾ ਸੀ ਗੱਡੀ 'ਚ ਥੱਲੇ ਅਤੇ ਮੇਰੇ ਕੋਲ ਗਲਤੀ ਨਾਲ ਅੱਗ ਲੱਗੀ ਪਤਾ ਨਹੀਂ ਕੀਤਾ ਕਿਸ ਗੱਲ ਦਾ ਇਹ ਨਹੀਂ ਪਤਾ ਲੱਗਿਆ ਜੀ ਕਹਿੰਦਾ ਉਹਦਾ ਟੂਣਾ ਹੋ ਗਿਆ ਜੀ ਸਾਡਾ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਨਾਲ ਇਹਦਾ ਵੱਡਾ ਭਰਾ ਜੀ ਉਹ ਕਦੀ ਕੋਈ ਐਵੇਂ ਦੀ ਗੱਲ ਨਹੀਂ ਹੋਈ ਇਹ ਦੋ ਭਰਾ ਹੈ ਜੀ ਵਿੱਚੋਂ ਕੰਧ ਕੀਤੀ ਹੋਈ ਹੈ ਇਹ ਥੋੜ੍ਹਾ ਜਿਹਾ ਟੂਣੇ ਟੱਪਿਆਂ ਵਾਲੇ ਸਾਈਡ 'ਤੇ ਹੈਗਾ ਅਤੇ ਇਹਨੇ ਜਿਹੜਾ ਅੱਗ ਲਾ ਦਿੱਤੀ ਕੋਈ ਕਦੀ ਇਹਦੇ ਨਾਲ ਬੋਲਚਾਲ ਹੀ ਨਹੀਂ ਹੋਇਆ ਜੀ ਜੇ ਇੱਕ ਵਾਰੀ ਕਹਿ ਦਿੰਦਾ ਵੀ ਤੂੰ ਸਾਡੀ ਗੱਲ ਕੰਧ ਦੇ ਨਾਲ ਆ ਗੱਡੀ ਫਿਰ ਨਾਲ ਆਉਂਦੀ ਅੱਜ ਤੱਕ ਇਹਨੇ ਕਿਹਾ ਹੀ ਨਹੀਂ ਉੱਥੋਂ ਅੱਗੇ ਗਲੀ ਭੀੜੀ ਹੋ ਜਾਂਦੀ ਨਾ ਫਿਰ ਖੁੱਲ੍ਹੀ ਜਗ੍ਹਾ 'ਤੇ ਲਾਉਣੀ ਪੈਂਦੀ ਉਹ ਵੀ ਰਾਤ ਲਾਈ ਹੈ ਜੀ ਵੈਸੇ ਨੋਰੇ 'ਚ ਲੱਗਦੀ ਗੱਡੀ ਰਾਤੀ ਲੇਟ ਆਏ ਸੀ ਅੰਮ੍ਰਿਤਸਰੋਂ ਅਤੇ ਉਹ ਰਾਤ ਇੱਥੇ ਲੱਗ ਪਹਿਲਾਂ ਵੀ ਕਹਿੰਦੇ ਕੋਈ ਬੋਲ ਬੁਲਾਰਾ ਹੋਇਆ ਸੀ ਨਹੀਂ ਜੀ ਕਦੀ ਅੱਜ ਤੱਕ ਨਹੀਂ ਹੋਈ ਜੀ ਜੈਨ ਜੀ ਅੱਜ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਜੀ ਹਮੀਦ ਸਿੰਘ ਹੈ ਜੋ ਇਨਫੋਰਮਰ ਨੇ ਜਿਹਨੇ ਦਰਖਾਸਤ ਦਿੱਤੀ ਹੈ ਜਿਨ੍ਹਾਂ ਦੀ ਜਿਹੜੀ ਗੱਡੀ ਹੈ ਉਹ ਬਾਹਰ ਖੜ੍ਹੀ ਸੀ ਪਾਰਕ ਕਰੀ ਹੋਈ ਸੀ ਜੋ ਕਿਸੇ ਗੁਆਂਢੀ ਨੇ ਹੀ ਉਹਦੇ ਨੇ ਅੱਗ ਵਗੈਰਾ ਲਗਾਈ ਹੈ ਤੋ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੀ ਚੈੱਕ ਕਰ ਰਹੇ ਹਾਂ ਜੀ ਉਸ ਮੁਤਾਬਿਕ ਹੀ ਅਗਲੀ ਕਾਰਵਾਈ ਪ੍ਰੋਸੀਡਿੰਗ 'ਚ ਲਿਆਉਂਦੀ ਹੈ ਨਹੀਂ ਫਿਲਹਾਲ ਨਹੀਂ ਜੀ ਅਸੀਂ ਮੌਕਾ ਦੇਖ ਕੇ ਜਿੰਨੀ ਦੇਰ ਅਸੀਂ ਪ੍ਰੋਪਰ ਪੜਤਾਲ ਨਹੀਂ ਕਰ ਸਕਦੇ ਉੰਨੀ ਦੇਰ ਅਸੀਂ ਇਸ ਬਾਰੇ